ਕ੍ਰਿਕਟ ਖਿਡਾਰੀ ਸੁਮੀਤ ਕਾਲੀਆ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਇਗੀ। ਬੀਤੇ ਦਿਨੀ ਹਿਮਾਚਲ ਪ੍ਰਦੇਸ਼ ਸਥਿਤ ਪੀਰ ਨਿਗਾਹਾ ਦਰਬਾਰ ਤੋਂ ਕੁਝ ਹੀ ਦੂਰੀ ਤੇ ਬਣੇ ਗਰੀਬ ਨਾਥ ਮੰਦਰ ਨੇੜੇ ਦਰਿਆ ਵਿੱਚ ਨਹਾਉਂਦੇ ਹੋਏ ਭਾਰਤੀ ਕ੍ਰਿਕਟ ਲੀਗ ਦੇ ਖਿਡਾਰੀ ਸੁਮੀਤ ਕਾਲੀਆ ਦੀ ਮੌਤ ਹੋ ਗਈ। ਅੱਜ ਜਲੰਧਰ ਦੇ ਬਸ਼ੀਰਪੁਰਾ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਵੱਲੋਂ ਨਮ ਅੱਖਾਂ ਦੇ ਨਾਲ ਅੰਤਮ ਸੰਸਕਾਰ ਕੀਤਾ ਗਿਆ।